ਫੇਲ ਕਾਰੋਬਾਰੀ ਇਹ ਫਲੌਪ ਬਿਜ਼ਨਸਮੈਨ ਨੇ ਆਪਾਂ ਸ਼ਾਮ ਨੂੰ ਆਉਣੇ 5-6 ਵਜੇ ਤੋਂ ਲੈ ਕੇ ਰਾਤ 12-1-2 ਵਜੇ ਵਜਣਾ ਕਈ ਵਾਰੀ ਜੀ ਆਪਣੇ ਕੋਲ ਦਹੀਂ ਪੱਲੇ ਹੁੰਦੇ ਜੀ 6 ਫਲੇਵਰਾਂ ਲੱਸੀ ਹੁੰਦੀ ਹੈ ਠੀਕ ਹੈ ਮੋਮੋਜ਼ ਹੁੰਦੇ ਹੈ ਕੁਲਚੇ ਛੋਲੇ ਹੁੰਦੇ ਜੀ ਇਹ ਦਹੀਂ ਵਾਲੇ ਗੋਲਗੱਪੇ ਪਾਣੀ ਵਾਲੇ ਗੋਲਗੱਪੇ ਹਾਂਜੀ ਉਧਰ ਆਪਦੇ ਚਾਹਣ ਵਾਲੇ ਰਖਾ ਦਿੰਦੇ ਹੁੰਦੇ ਜੀ ਅੱਛਾ ਫੇਲ ਬਹੁਤ ਹੋ ਗਏ ਸੀਗੇ ਕਹਿਣ ਲੱਗੇ ਵੀ ਹੁਣ ਫੇਲ ਹੋ ਗਿਆ ਬਸ ਤੂੰ ਅੱਛਾ ਤਾਂ ਕਰਕੇ ਆਪਾਂ ਨੂੰ ਆਈਡੀਆ ਜਾ ਗਿਆ ਚੱਲ ਇਹ ਰੱਖ ਲੈਂਦੇ ਜੀ ਨਾਲੇ ਥੋੜਾ ਜਲਦੀ ਕਲਿੱਕ ਹੋ ਜਾਂਦਾ ਰਹਿ ਜੂਗਾ ਆਪਣੇ ਕੁਆਲਿਟੀ ਆਪਾਂ ਟੌਪ ਦੀ ਰੱਖੀਏ ਜੀ ਕਿਉਂਕਿ ਉਹ ਆਪਾਂ ਨਹੀਂ ਕਹਿੰਦੇ ਉਹ ਕਸਟਮਰ ਕਹਿੰਦੇ ਤਾਂ ਜੀ ਬੜਾ ਕੰਮ ਕੋਈ ਕੰਮ ਤਾਂ ਕੰਮ ਹੀ ਹੁੰਦਾ ਜੀ ਨਿਕਲ ਜਦੇ ਹੀ ਹੈਗਾ ਜੀ ਸਾਡੀ ਕੋਈ ਕੰਮ 'ਚ ਫਰਕ ਨਹੀਂ ਹੁੰਦਾ ਜੀ ਕੋਈ ਛੋਟਾ ਵੜਾ ਨਹੀਂ ਹੁੰਦਾ ਜੀ ਕੋਈ ਵੀ ਕੰਮ ਕਰੋ ਕੰਮ ਤਾਂ ਕੰਮ ਹੀ ਆ ਬਾਹਰ ਜਾ ਕੇ ਵੀ ਤਾਂ ਲੋਕੀ ਕੰਮ ਹੀ ਕਰਦੇ ਆ ਜੀ ਉਹ ਵੀ ਤਾਂ ਕੰਮ ਹੁੰਦਾ ਜੀ ਜਿੱਥੇ ਜਾ ਕੇ ਲੋਕੀ ਕੈਨੇਡਾ ਜਾ ਰਹੇ ਹੈਗੇ ਬਾਹਰ ਜਾ ਰਹੇ ਹੈਗੇ ਤਾਂ ਉਹਨਾਂ ਨੂੰ ਆਪਾਂ ਜੀ ਕਹਿੰਦੇ ਨੌਜਵਾਨਾਂ ਨੂੰ ਇਹੀ ਕਵਾਂਗਾ ਕਿ ਜੀ ਬਾਹਰ ਮਤ ਜਾਓ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰੋ ਅੱਛਾ ਅੱਛਾ ਜੀ ਹਾਂਜੀ ਮੇਰਾ ਤਾਂ ਇਹੀ ਕਹਿਣਾ ਜੀ ਕੋਈ ਆਪਾਂ ਮਾੜਾ ਕੰਮ ਨਹੀਂ ਕਰਨੇ ਕੋਈ ਮਾੜੇ ਦੀ ਸ਼ਰਮ ਕਰਨੀ ਚਾਹੀਦੀ ਹੈ ਕਹਿੰਦੇ ਚੋਰੀ ਦੀ ਸ਼ਰਮ ਕਰਨੀ ਚਾਹੀਦੀ ਹੈ ਨਾ ਜੀ ਆਪਾਂ ਨੂੰ ਜਾਂ ਆਪਾਂ ਠੱਗੀ ਮਾਰਦੇ ਹਾਂ ਉਹ 'ਚ ਸ਼ਰਮ ਕਰਨੀ ਚਾਹੀਦੀ ਕਿਰਤ 'ਚ ਤਾਂ ਕੋਈ ਸ਼ਰਮ ਨਹੀਂ ਬਾਬੇ ਨਾਨਕ ਦਾ ਸਿਧਾਂਤ ਹੈਗਾ ਜੀ ਕਿਰਤ ਕਰੋ ਨਾਮ ਜਪੋ ਔਰ ਵੰਡ ਛਕੋ ਬਿਲਕੁਲ ਵੀਰ ਬਿਲਕੁਲ ਜੀ ਗੜ ਹੋ ਜਾਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅਸਲ ਦੇ ਵਿੱਚ ਤੁਸੀਂ ਪੰਜਾਬ ਔਰ ਹਰਿਆਣੇ ਦਾ ਜਿਹੜਾ ਪਿਆਰ ਆ ਉਹ ਸੁਣਿਆ ਹੋਊਗਾ ਕਿਤਾਬਾਂ ਦੇ ਵਿੱਚ ਵੀ ਪੜ੍ਹਿਆ ਹੋਊਗਾ ਜਾਂ ਸਿਆਣਿਆਂ ਤੋਂ ਬਜ਼ੁਰਗਾਂ ਤੋਂ ਵੀ ਸੁਣਿਆ ਹੋਏਗਾ ਕਿ ਪੰਜਾਬ ਔਰ ਹਰਿਆਣਾ ਭਰਾ ਕਮਾਉਂਦੇ ਨੇ ਪਰ ਅੱਜ ਇਹਨਾਂ ਭਰਾਵਾਂ ਦੀ ਜਿਉਂਦੀ ਜਾਗਦੀ ਮਿਸਾਲ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਔਰ ਹਰਿਆਣੇ ਦਾ ਜਿਹੜਾ ਪਿਆਰ ਆ ਆਹ ਦੋ ਨੌਜਵਾਨ ਦੇਖ ਰਹੇ ਹੋ ਜਿਹੜੇ ਤੁਸੀਂ ਇਹਨਾਂ ਨੇ ਬਰਕਰਾਰ ਰੱਖਿਆ ਹੈ ਆਹ ਸਰਦਾਰ ਸਾਹਿਬ ਨੇ ਇਹ ਪੰਜਾਬ ਦੇ ਰਹਿਣ ਵਾਲੇ ਨੇ ਅਤੇ ਉਹ ਜਿਹਨਾਂ ਨੇ ਰੁਮਾਲ ਬੰਨਿਆ ਹੋਇਆ ਸਿਰ 'ਤੇ ਇਹ ਰਹਿੰਦੇ ਨੇ ਹਰਿਆਣੇ ਦੇ ਯਾਨੀ ਕਿ ਹਰਿਆਣੇ ਦੇ ਵਾਸੀ ਹੈਗੇ ਨੇ ਤਾਂ ਕਿਸੇ ਸਮੇਂ ਇਹਨਾਂ ਨੂੰ ਪ੍ਰਵਾਸੀਆਂ ਵੱਲੋਂ ਰੇਹੜੀ ਲਗਾਉਣ ਤੋਂ ਮਨਾ ਕਰ ਦਿੱਤਾ ਗਿਆ ਸੀ ਤਾਂ ਅੱਜ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਕਾਰੋਬਾਰ ਸ਼ੁਰੂ ਕੀਤਾ ਹੈ ਪੰਜਾਬ ਔਰ ਹਰਿਆਣਾ ਦੇ ਜਿਹੜੇ ਦੋ ਭਰਾ ਹੈਗੇ ਨੇ ਇਹਨਾਂ ਨੇ ਮਿਲ ਕੇ ਸ਼ੁਰੂ ਕੀਤਾ ਹੈ ਤਾਂ ਜਿਸ ਨੂੰ ਨਾਮ ਦਿੱਤਾ ਹੈ ਫੇਲ ਕਾਰੋਬਾਰੀ ਕਿਉਂਕਿ ਇਹਨਾਂ ਨੇ ਇੱਕ ਅਜਿਹੀ ਘਟਨਾ ਘਟਦੀ ਹੈ ਕਿ ਪ੍ਰਵਾਸੀਆਂ ਵੱਲੋਂ ਇਹਨਾਂ ਨੂੰ ਕਿਸੇ ਜਗ੍ਹਾ ਤੋਂ ਇੱਕ ਸਥਾਨ ਤੋਂ ਰੇਹੜੀ ਨਹੀਂ ਲਗਾਉਣ ਦਿੱਤੀ ਜਾਂਦੀ ਤਾਂ ਜਿਸ ਦੇ ਚੱਲਦਿਆਂ ਇਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹਿਆ ਔਰ ਪਾਰਟਨਰਸ਼ਿਪ 'ਤੇ ਪੰਜਾਬੀ ਔਰ ਹਰਿਆਣਵੀ ਭਰਾ ਨੇ ਕੰਮ ਸ਼ੁਰੂ ਕੀਤਾ ਤਾਂ ਇਹ ਬਾਈ ਜੀ ਹੋਰਾਂ ਦੇ ਜਿਹੜੇ ਪਿਆਰ ਨੂੰ ਸਲਿਊਟ ਹੈਗਾ ਕਿਉਂਕਿ ਪੰਜਾਬ ਔਰ ਹਰਿਆਣੇ ਦਾ ਜਿਹੜਾ ਪਿਆਰ ਆਪਾਂ ਸੁਣਦੇ ਹੁੰਦੇ ਹਾਂ ਕਿ ਪੰਜਾਬ ਔਰ ਹਰਿਆਣਾ ਦੋਨੋਂ ਭਾਈ ਭਾਈ ਨੇ ਪਰ ਅੱਜ ਜਿਉਂਦੀ ਜਾਗਦੀ ਤੁਹਾਨੂੰ ਮਿਸਾਲ ਦਿਖਾਉਣ ਜਾ ਰਹੇ ਹਾਂ ਆਹ ਬਾਈ ਜੀ ਹੋਰੀ ਮੋਹਾਲੀ ਦੇ ਜਿਹੜਾ ਗੁਰੂ ਘਰ ਦੇ ਸਾਹਮਣੇ ਗੁਰਦੁਆਰਾ ਆਮ ਸਾਹਿਬ ਹੈਗਾ ਉਸਦੇ ਬਿਲਕੁਲ ਸਾਹਮਣੇ ਇਹ ਗੋਲ ਗੱਪੇ ਔਰ ਚਾਟ ਵਗੈਰਾ ਵੇਚਦੇ ਨੇ ਤਾਂ ਬਾਈ ਜੀ ਹੋਰਾਂ ਦੇ ਕੰਮ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਔਰ ਹਰਿਆਣੇ ਦਾ ਜਿਹੜਾ ਇੱਕ ਪਿਆਰ ਸੀਗਾ ਉਸਦੀ ਮਿਸਾਲ ਵੀ ਦਿੱਤੀ ਹੈ ਤਾਂ ਬਾਈ ਜੀ ਹੋਰਾਂ ਦਾ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਹਾਂ ਕਾਰੋਬਾਰੀ ਇਹਨਾਂ ਹੈਗੇ ਨੇ ਫੇਲ ਕਾਰੋਬਾਰੀ ਇਹ ਫਲੌਪ ਬਿਜ਼ਨਸਮੈਨ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਸਰਦਾਰ ਸਾਹਿਬ ਹੋਣਾ ਨੇ ਤਾਂ ਅੱਜ ਜੇ ਕਿਸੇ ਕੰਮ ਦੇ ਵਿੱਚ ਇਹਨਾਂ ਨੂੰ ਸਫਲਤਾ ਨਹੀਂ ਹਾਸਲ ਹੋਈ ਤਾਂ ਇਹਨਾਂ ਨੇ ਆਪਣੇ ਬਿਜ਼ਨਸ ਦਾ ਨਾਮ ਰੱਖ ਦਿੱਤਾ ਹੈ ਫੇਲ ਕਾਰੋਬਾਰੀ ਯਾਨੀ ਕਿ ਫਲੌਪ ਬਿਜ਼ਨਸਮੈਨ ਤਾਂ ਅੱਜ ਬਾਈ ਜੀ ਹੋਰਾਂ ਦਾ ਕੰਮ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਅੱਜ ਦਹੀਂ ਚਾਟ ਔਰ ਦਹੀਂ ਭੱਲੇ ਕਹਿ ਸਕਦੇ ਹਾਂ ਚਾਟ ਔਰ ਮੋਮੋਜ਼ ਵਗੈਰਾ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਹੈਗਾ ਆ ਉਸ ਦੇ ਬਾਹਰ ਇਹ ਸੇਲ ਕਰਦੇ ਨੇ ਤਾਂ ਬਾਈ ਜੀ ਹੋਰਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਬਾਈ ਜੀ ਹੋਣੀ ਹਾਲੇ ਬਿਜ਼ੀ ਚੱਲ ਰਹੇ ਨੇ ਪਰ ਗੱਲਬਾਤ ਜ਼ਰੂਰ ਕਰਾਂਗੇ ਬਾਈ ਜੀ ਹੋਰਾਂ ਦੇ ਨਾਲ ਕਿ ਫਲੌਪ ਯਾਨੀ ਕਿ ਫੇਲ ਕਾਰੋਬਾਰੀ ਦਾ ਨਾਮ ਕਿਉਂ ਆਇਆ ਜ਼ਹਿਨ ਦੇ ਵਿੱਚ ਕੀ ਖਿਆਲ ਆਇਆ ਮਨ ਦੇ ਵਿੱਚ ਤਮਾਮ ਗੱਲਾਂ ਬਾਤਾਂ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਬਾਈ ਜੀ ਤੁਹਾਡਾ ਸਵਰਜੀਤ ਸਿੰਘ ਜੀ ਜੀ ਹਾਂਜੀ ਸਵਰਜੀਤ ਜੀ ਇਹ ਤੁਹਾਡੇ ਜ਼ਹਿਨ 'ਚ ਖਿਆਲ ਕਿਵੇਂ ਆਇਆ ਕਿ ਮੈਂ ਫੇਲ ਕਾਰੋਬਾਰੀ ਰੱਖਣਾ ਜੀ ਬਿਜ਼ਨਸ ਦਾ ਨਾਮ ਉਧਰ ਆਪਦੇ ਚਾਹਣ ਵਾਲੇ ਰਖਾ ਦਿੰਦੇ ਹੁੰਦੇ ਜੀ ਅੱਛਾ ਫੇਲ ਬਹੁਤ ਹੋ ਗਏ ਸੀਗੇ ਕਹਿਣ ਲੱਗੇ ਵੀ ਹੁਣ ਫੇਲ ਹੋ ਗਿਆ ਬਸ ਤੂੰ ਅੱਛਾ ਅੱਛਾ ਤਾਂ ਕਰਕੇ ਆਪਾਂ ਨੂੰ ਆਈਡੀਆ ਜਾ ਕੇ ਚੱਲ ਇਹ ਰੱਖ ਲੈਂਦੇ ਜੀ ਨਾਲੇ ਥੋੜਾ ਜਲਦੀ ਕਲਿੱਕ ਹੋ ਜਾਂ ਯਾਦ ਰਹਿ ਜੂਗਾ ਆਪਣੇ ਕੁਆਲਿਟੀ ਆਪਾਂ ਟੌਪ ਦੀ ਰੱਖੀਏ ਜੀ ਕਿਉਂਕਿ ਉਹ ਆਪਾਂ ਨਹੀਂ ਕਹਿੰਦੇ ਉਹ ਕਸਟਮਰ ਕਹਿੰਦੇ ਜੀ ਇਹ ਆਪਾਂ ਫੇਲ ਆਪਾਂ ਕੋਈ ਵਿਦਿਆਰਥੀ ਫੇਲ ਸੁਣਦੇ ਹਾਂ ਟਰੱਕ ਦੀਆਂ ਜਾਂ ਕਾਰ ਦੀਆਂ ਗੱਡੀ ਦੀਆਂ ਬ੍ਰੇਕਾਂ ਫੇਲ ਸੁਣਦੇ ਹਾਂ ਇਹ ਫਲੌਪ ਜਾਂ ਫੇਲ ਬਿਜ਼ਨਸਮੈਨ ਸੁਣ ਕੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜੀ ਹਾਂਜੀ ਲੋਕ ਕੀ ਕਹਿੰਦੇ ਨੇ ਫਲੌਪ ਜਾਂ ਫੇਲ ਬਿਜ਼ਨਸਮੈਨ ਦਾ ਜਿਹਨਾਂ ਨਾਮ ਪੜ੍ਹ ਕੇ ਲੋਕ ਦੇਖੋ ਜੀ ਕਹਿੰਦੇ ਤਾਂ ਕੁਝ ਵੀ ਨਹੀਂ ਹੁਣ ਤਾਂ ਦੇਖੋ ਜਦੋਂ ਵੈਸੇ ਵੇਖ ਕੇ ਰੁੱਕ ਗਏ ਹੈ ਨਾ ਜਦੋਂ ਕੁਆਲਿਟੀ ਚੈੱਕ ਕਰਦੇ ਆ ਫਿਰ ਕਹਿੰਦੇ ਆਪੇ ਕਹਿੰਦੇ ਪਾਸ ਆ ਤੂੰ ਇੱਕ ਤਾਂ ਗੁਰੂ ਹਰਿਆਣਾ ਸਾਹਿਬ ਦੇ ਚਰਨਾਂ 'ਚ ਆਪਾਂ ਖੜੇ ਸੀ ਅਤੇ ਆਪੇ ਕਹਿੰਦੇ ਹੁਣ ਪਾਸ ਆ ਹੁਣ ਵੀ ਤੁਹਾਡੇ ਸਾਹਮਣੇ ਕਸਟਮਰ ਗਏ ਉਹ ਵੀ ਕਹਿੰਦੇ ਹੁਣ ਪਾਸ ਆ ਮਤਲਬ ਹੁਣ ਪਾਸ ਆ ਹੈ ਨਾ ਇਹ ਪਰ ਨਾਮ ਫਿਰ ਇਹੀ ਰੱਖੂਗੇ ਫੇਲ ਕਾਰੋਬਾਰੀ ਕਿਉਂਕਿ ਬਹੁਤ ਸਾਰੇ ਤੁਸੀਂ ਕੰਮ ਕੀਤੇ ਜਿਨ੍ਹਾਂ ਦੇ ਵਿੱਚ ਤੁਸੀਂ ਫੇਲ ਹੋਏ ਹੋ ਨਾ ਹੀਰੋ ਗਈ ਹੋ ਅੱਛਾ ਅੱਛਾ ਹਾਂਜੀ ਨਾ ਹੀਰੋ ਹੋ ਇਸੇ ਨਾਂ ਤੇ ਗੁਰੂ ਹਰਿਆਣਾ ਸਾਹਿਬ ਜੀ ਦੀ ਕਿਰਪਾ ਹੋਈ ਹੈ ਨਾ ਹੁਣ ਹੀਰੋ ਹੋ ਅੱਛਾ ਅੱਛਾ ਹਾਂਜੀ ਇਹ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਲਾ ਰਹੇ ਹੋ ਜਾਂ ਇਸ ਤੋਂ ਪਹਿਲਾਂ ਕਿੱਥੇ ਕੰਮ ਕਰਦੇ ਸੀ ਔਰ ਕੀ ਤੁਸੀਂ ਸੇਲ ਕਰਦੇ ਸੀ ਜਾਂ ਕੀ ਵੇਚਦੇ ਸੀਗੇ
ਇੱਥੇ ਵੀਰ ਆਪਾਂ ਨੂੰ ਨਵੰਬਰ ਤੋਂ ਸ਼ੁਰੂ ਕੀਤਾ 20 ਨਵੰਬਰ ਤੋਂ ਉੱਥੇ ਆਪਾਂ ਸ਼ੁਰੂ ਕੀਤਾ ਸੀਗਾ ਸਾਗ ਮੱਕੀ ਰੋਟੀ ਅੱਛਾ ਜੀ ਦੇਸੀ ਘਿਓ ਹੋ ਗਿਆ ਲੱਸੀ ਵਗੈਰਾ ਹਾਂਜੀ ਅੱਛਾ ਜੀ ਤੇ ਬਾਕੀ ਆਪਾਂ ਤਾਂ ਕਾਫੀ ਟਾਈਮ ਤੋਂ 2 ਸਾਲ ਤੋਂ ਆਪਾਂ ਕਰ ਰਹੇ ਸਿਸਟਮ ਇਹ ਵਾਲਾ ਪਹਿਲਾਂ ਕਈ ਟਾਈਮ ਕਾਲੀ ਸ਼ਰਮ ਵੀ ਕੀਤੀ ਨਵਾਂ ਕਰਦੇ ਸੀ ਨਾ ਤਾਂ ਨਹੀਂ ਸੀ ਕਦੇ ਪਹਿਲਾਂ ਸਿਸਟਮ ਹੋਰ ਸੀਗਾ ਕੋਈ ਖੁੱਲ੍ਹਾ ਸਿਸਟਮ ਵੇਖਿਆ ਆਪਾਂ ਜ਼ਿੰਦਗੀ 'ਚ ਅਤੇ ਤਾਂ ਕਿ ਥੋੜ੍ਹੀ ਸੰਗ ਸ਼ਰਮ ਵੀ ਆਉਂਦੀ ਸੀਗੀ ਹਾਂਜੀ ਇਹ ਫਿਰ ਜਦੋਂ ਸਟਾਰਟਿੰਗ ਕਰਨੀ ਸੀ ਮੰਨ ਲਓ ਬਿਗਨਿੰਗ ਕਰਨੀ ਸੀ ਕਿ ਵਪਾਰ ਸ਼ੁਰੂ ਕਰਨਾ ਸੀ ਤੁਸੀਂ ਹਾਂਜੀ ਫਰੈਂਡ ਸਰਕਲ ਦੇ ਵਿੱਚ ਬਹੁਤ ਸਾਰੇ ਫਰੈਂਡਸ ਹੁੰਦੇ ਨੇ ਹੈ ਨਾ ਫਿਰ ਉਹਨਾਂ ਦਾ ਕੀ ਕਹਿਣਾ ਸੀ ਇਸ ਬਿਜ਼ਨਸ ਨੂੰ ਲੈ ਕੇ ਵੀਰੇ ਮੈਂ ਫਰੈਂਡ ਦੀ ਸਿੱਧੀ ਗੱਲ ਦੱਸਾਂ ਜਦੋਂ ਬੰਦਾ ਡਿੱਗ ਜਾਂਦਾ ਨਾ ਉਹ ਕੋਈ ਨਾਲ ਨਹੀਂ ਲੱਗਦਾ ਹੁੰਦਾ ਅੱਛਾ ਜੀ ਕਿਉਂਕਿ ਲੋਸ ਬਹੁਤ ਜ਼ਿਆਦਾ ਖਾ ਲਿਆ ਮੈਂ ਜੇ ਮੋਟਾ ਮੋਟਾ ਗਣੀਆ 70 ਲੱਖ ਰੁਪਏ ਲੋਸ ਖਾ ਲਿਆ 70 ਲੱਖ ਰੁਪਇਆ ਜੀ ਲੋਸ ਹੋ ਗਿਆ ਕਿਹੜਾ ਕੰਮ ਕਰਦੇ ਸੀਗੇ ਜਿਹੜਾ 70 ਲੱਖ ਰੁਪਏ ਦਾ ਲੋਸ ਖਾ ਲਿਆ ਜੀ ਤੁਸੀਂ ਕਿਉਂਕਿ ਮੈਂ ਪੇਇੰਗ ਗੈਸ ਦਾ ਕੀਤਾ ਜੀ ਮੈਂ ਡੇਰੀ ਪ੍ਰੋਡਕਟ ਦਾ ਕੀਤਾ ਕਹਿ ਲਓ 2 ਵਾਰੀ ਸਵੀਟ ਸ਼ੋਪ ਕੀਤੀ ਅਤੇ ਬਾਕੀ ਛੋਟੇ ਮੋਟੇ ਹੋਰ ਬੜੇ ਕਿਤੇ ਪ੍ਰੋਪਰਟੀ 'ਚ ਵੜ ਗਏ ਇਵੇਂ ਕਰਕੇ ਨਾ ਜੇ ਆਪਾਂ ਮੋਟੇ ਮੋਟੇ ਗਿਣੇ ਜੀ ਛੋਟੇ ਮੋਟੇ ਗਿਣੇ ਤਾਂ ਸ਼ਾਇਦ ਇਸ ਤੋਂ ਪਾਰ ਹੋ ਜਾਣਗੇ ਅੱਛਾ ਜੀ ਹਾਂਜੀ ਇਹ 70 ਲੱਖ ਵਾਲਾ ਬੰਦਾ ਕਦੇ ਜ਼ਿਹਨ 'ਚ ਖਿਆਲ ਆਇਆ ਸੀ ਵੀ ਪਹਿਲਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਰੇਹੜੀ ਵੀ ਲਾਉਣੀ ਪਊਗੀ ਜਾਂ ਅਜਿਹਾ ਕੰਮ ਵੀ ਕਰਨਾ ਪਊਗਾ ਨਹੀਂ ਨਹੀਂ ਉਸੇ ਚੱਕਰ 'ਚ ਵੀ ਆਪਾਂ 1.5 ਸਾਲ ਆਪਾਂ ਸ਼ਰਮ 'ਚ ਕੱਢਿਆ ਆਪਾਂ ਅੱਛਾ ਅੱਛਾ ਹਾਂਜੀ ਕਿਉਂਕਿ ਉਹ ਸੰਗ ਸ਼ਰਮ ਕੀਤੀ ਉਸ ਚੀਜ਼ ਦੀ ਆਪਾਂ ਵੀ ਆਪਾਂ ਨਹੀਂ ਕਰਨਾ ਇਹ ਕੰਮ ਨਾ ਹੁਣ ਆਪਣੇ ਨੇ ਕਾਲੀ ਕੱਟਣੇ ਇਹ ਵੀ ਸ਼ਰਮ ਲਿੱਥੀ ਕਦੋਂ ਜੀ ਕੋਈ ਘਟਨਾ ਘਟਦੀ ਹੈ ਤੁਹਾਡੇ ਨਾਲ ਸ਼ਰਮ ਵੀਰ ਦੇਖੋ ਵੇਖੀ ਜੇ ਜਦੋਂ ਦੇਖੋ ਸਿੱਧੀ ਗੱਲ ਫਿਰ ਢਿੱਡ ਲਈ ਉਹਦਾ ਲੋੜ ਹੈ ਨਾ ਰੋਟੀ ਜੀ ਦੀ ਹੈ ਨਾ ਹਰ ਪਰਿਵਾਰ ਦੀ ਤਾਂ ਕਰਕੇ ਫਿਰ ਵੇਖੋ ਦੁਨੀਆ ਵੇਖੀ ਦੁਨੀਆ ਕਰੀ ਜਾਂਦੀ ਫਿਰ ਆਪਾਂ ਵੀ ਕਰ ਲਈ ਕਿਉਂਕਿ ਆਪਾਂ ਮਾੜਾ ਕੰਮ ਨਹੀਂ ਕਰ ਰਹੇ ਕੋਈ ਮਾੜੇ ਦੀ ਸ਼ਰਮ ਕਰਨੀ ਚਾਹੀਦੀ ਹੈ ਕਹਿੰਦੇ ਚੋਰੀ ਦੀ ਸ਼ਰਮ ਕਰਨੀ ਚਾਹੀਦੀ ਹੈ ਨਾ ਜੀ ਆਪਾਂ ਨੂੰ ਜਾਂ ਆਪਾਂ ਠੱਗੀ ਮਾਰਦੇ ਹਾਂ ਉਹ 'ਚ ਸ਼ਰਮ ਕਰਨੀ ਚਾਹੀਦੀ ਕਿਰਤ 'ਚ ਤਾਂ ਕੋਈ ਸ਼ਰਮ ਨਹੀਂ ਬਾਬੇ ਨਾਨਕ ਦਾ ਸਿਧਾਂਤ ਹੈਗਾ ਜੀ ਕਿਰਤ ਕਰੋ ਨਾਮ ਜਪੋ ਔਰ ਵੰਡ ਛਕੋ ਬਿਲਕੁਲ ਵੀਰ ਬਿਲਕੁਲ ਜੀ ਜੀ ਬਿਲਕੁਲ ਜਿੰਨੇ ਵੀਰ ਭਰਾ ਦੇਖ ਰਹੇ ਨੇ ਇਸ ਵੀਡੀਓ ਨੂੰ ਤਾਂ ਇਹ ਪੰਜਾਬ ਔਰ ਹਰਿਆਣਾ ਦਾ ਜਿਹੜਾ ਪਿਆਰ ਆ ਉਹ ਵੀ ਬਾਈ ਜੀ ਹੋਣਾ ਨੇ ਜਿਹੜੀ ਭਾਈਚਾਰਕ ਸਾਂਝ ਦੀ ਹੈ ਨਾ ਇੱਕ ਬਹੁਤ ਵੱਡੀ ਮਿਸਾਲ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਬਿਜ਼ਨਸ ਬਾਈ ਜੀ ਹੋਰਾਂ ਨੇ ਕੀਤੇ ਜਿਸ ਦੇ ਵਿੱਚ ਸਕਸੈਸ ਨਹੀਂ ਮਿਲਿਆ ਕਾਮਯਾਬੀ ਨਹੀਂ ਮਿਲੀ ਤਾਂ ਜਿਸ ਦੇ ਬਾਅਦ ਬਾਈ ਜੀ ਹੋਰਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਜਿਸ ਦਾ ਨਾਮ ਫਲੋਪ ਬਿਜ਼ਨਸਮੈਨ ਯਾਨੀ ਕਿ ਫੇਲ ਕਾਰੋਬਾਰੀ ਦਾ ਨਾਮ ਦਿੱਤਾ ਬਾਈ ਜੀ ਹੋਰਾਂ ਨੇ ਤਾਂ ਜਿੰਨੇ ਵੀ ਵੀਰ ਭਰਾ ਦੇਖ ਰਹੇ ਨੇ ਇਸ ਵੀਡੀਓ ਨੂੰ ਜੇ ਮੋਹਾਲੀ ਆਉਂਦੇ ਨੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਆਉਂਦੇ ਨੇ ਤਾਂ ਬਾਈ ਜੀ ਹੋਰਾਂ ਨਾਲ ਜ਼ਰੂਰ ਕੰਟੈਕਟ ਕਰਿਓ ਕਿਉਂਕਿ ਇੱਕ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਜੇਕਰ ਕੋਈ ਪੰਜਾਬੀ ਭਰਾ ਆਪਣਾ ਬਿਜ਼ਨਸ ਖੋਲ੍ਹਦਾ ਹੈ ਜਾਂ ਬਿਜ਼ਨਸ ਚਲਾਉਂਦਾ ਹੈ ਜੇ ਆਪਾਂ ਹੀ ਲੋਕ ਉਸ ਬੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਜਾਂ ਹੌਸਲਾ ਨਹੀਂ ਦਿੰਦੇ ਤਾਂ ਬਹੁਤ ਮਾੜੀ ਗੱਲ ਹੈ ਤਾਂ ਬਹੁਤ ਸਾਰੇ ਜਿਹੜੇ ਵੀਰ ਭਰਾ ਇੱਥੇ ਮੋਹਾਲੀ ਆਉਂਦੇ ਨੇ ਜਾਂ ਚੰਡੀਗੜ੍ਹ ਆਉਂਦੇ ਨੇ ਬਾਈ ਜੀ ਹੋਰਾਂ ਕੋਲ ਹੋ ਕੇ ਜ਼ਰੂਰ ਜਾਇਓ ਤਾਂ ਜੋ ਬਾਈ ਜੀ ਹੋਰਾਂ ਦਾ ਜਿਹੜਾ ਹੌਸਲਾ ਢਹਿ ਢੇਰੀ ਹੋਇਆ ਸੀਗਾ ਬਾਈ ਜੀ ਹੋਰਾਂ ਨੂੰ ਹੌਸਲਾ ਜ਼ਰੂਰ ਮਿਲੇ ਤਾਂ ਬਾਈ ਜੀ ਜਿੱਦਣ ਪਹਿਲੇ ਦਿਨ ਤੁਸੀਂ ਆਉਣਾ ਸੀਗਾ ਇੱਥੇ ਕੀ ਸਲਾਹ ਮਸ਼ਵਰਾ ਹੋਇਆ ਸੀਗਾ ਜੀ ਕੁਝ ਨਹੀਂ ਵੀਰ ਖੱਜਲ ਜਿਹੇ ਹੋਏ ਪਏ ਜ਼ਿੰਦਗੀ 'ਚ ਅਸੀਂ ਕਦੇ ਸਾਗ ਮੱਕੀ ਰੋਟੀ ਸ਼ੁਰੂ ਕਰ ਲਈ ਅਸੀਂ ਬਾਕੀ ਪਹਿਲੇ ਦਿਨ ਤਾਂ ਸਾਨੂੰ ਸਾਰੇ ਅਸੀਂ ਕਹਿੰਦੇ ਵੀ ਗਲਤ ਜਗ੍ਹਾ ਆ ਗਿਆ ਸ਼ਾਇਦ ਵੀ ਕਿਉਂਕਿ ਫੁੱਟਫਾਲ ਲੈਣੀ ਗਾ ਕਿਉਂਕਿ ਜਗ੍ਹਾ ਤਾਂ ਬੜੀ ਪਵਿੱਤਰ ਇਹ ਵਾਲੀ ਜਿੱਥੇ ਆਪਾਂ ਖੜਦੇ ਹਾਂ ਜੀ ਉਹ 'ਚ ਫੁੱਟਫਾਲ ਲੈਣੀ ਗਾ ਕਿਉਂਕਿ ਇੱਥੇ ਕੋਈ ਨਾ ਮਾਰਕੀਟ ਨੇੜੇ ਕੁਛ ਹੈਗਾ ਪਰ ਪਹਿਲੇ ਦਿਨ ਯਾਰ ਗੁਰੂ ਸਾਹਿਬ ਨੇ ਇੱਜ਼ਤ ਰੱਖ ਲਈ ਸੀਗੀ ਹਾਂਜੀ ਅੱਛਾ ਇਹ ਹਰਿਆਣਵੀ ਭਾਅ ਜੀ ਹੈਗੇ ਨੇ ਜਿਹੜੇ ਆਹ ਹਰਿਆਣੇ ਤੋਂ ਨੇ ਜਿਹੜੇ ਇਹਨਾਂ ਨਾਲ ਕੰਟੈਕਟ ਕਿਵੇਂ ਹੋਇਆ ਤੁਹਾਡਾ ਜੀ ਇਹ ਵੀ 11 ਫੇਸ ਮੈਂ ਲੱਸੀ ਦੀ ਸਟਾਲ ਲਾਉਂਦਾ ਸੀਗਾ ਜੀ ਇਹ ਵੀਰ ਗੋਲਗੱਪੇ ਹੀ ਲਾਉਂਦੇ ਸੀਗੇ ਅੱਛਾ ਜੀ ਉੱਥੋਂ ਫਿਰ ਸਾਡਾ ਆਪਸੀ ਹੋਇਆ ਕਿਉਂਕਿ ਇਹ ਵੀਰ ਗੱਲਾਂ ਸੀਗਾ ਕਿਉਂਕਿ ਇੱਕ ਜਿਹੜਾ ਫੂਡ ਦਾ ਕੰਮ ਹੈ ਤਾਂ ਜਿੰਨੇ ਬੰਦੇ ਹੁਣ ਉਹਨੇ ਘੱਟ ਹੁੰਦੇ ਜੀ ਕਿਉਂਕਿ ਇਹਦਾ ਹਾਰਡ ਵਰਕ ਬਹੁਤ ਜ਼ਿਆਦਾ ਹੈ ਕਿਉਂਕਿ ਹੁਣ ਵੀ ਸਾਨੂੰ ਦੇਖੋ ਜੀ ਸੌਂਦੇ ਉਹਨੂੰ ਸਵੇਰੇ 4-5 ਵੱਜਦੇ ਜੀ ਅੱਛਾ ਜੀ ਠੀਕ ਹੈ ਫਿਰ ਸਵੇਰੇ ਉੱਠ ਕੇ ਟਾਈਮ ਨਾਲ ਫਿਰ ਲੱਗੀ ਦਾ ਜੀ ਕਿਉਂਕਿ ਇਹਦੀ ਰੈਸਟ ਮਤਲਬ ਸਾਨੂੰ 4-5 ਘੰਟੇ ਮੈਕਸੀਮਮ ਮਸਾਂ ਮਿਲਦੀ ਜੀ ਇਹ ਕਹਿੰਦੇ ਬਾਈ ਜੀ ਹੋਰਾਂ ਨਾਲ ਘਟਨਾ ਵੀ ਘਟੀ ਸੀਗੀ ਹੈ ਨਾ ਕੋਈ ਕੀ ਘਟਨਾ ਘਟੀ ਸੀਗੀ ਪ੍ਰਵਾਸੀਆਂ ਨੂੰ ਲੈ ਕੇ ਜੀ ਉਹ ਵੀ ਪਹਿਲਾਂ ਜਿੱਥੇ ਲਾਉਂਦੇ ਸੀ ਨਾ ਉਹਦੇ ਸਾਹਮਣੇ ਇੱਕ ਹੋਰ ਲਾਉਂਦੇ ਸੀ ਕੋਈ ਉਹ ਆਪਸੀ ਦੇਖੋ ਸੇਮ ਬਿਜ਼ਨਸ ਹੋਵੇ ਤਾਂ ਬੰਦੇ ਨੂੰ ਹੁੰਦਾ ਹੀ ਕਿਉਂਕਿ ਉਹਨਾਂ ਦਾ ਕਾਫੀ ਚੱਲ ਰਿਹਾ ਸੀਗਾ ਉਸ ਚੱਕਰ ਥੋੜ੍ਹਾ ਤੰਗ ਪਰੇਸ਼ਾਨ ਕਰਦੇ ਫਿਰ ਜਦੋਂ ਇਕੱਠੇ ਹੋ ਗਏ ਫਿਰ ਸਾਨੂੰ ਇੰਨੀ ਕੋਈ ਪ੍ਰੋਬਲਮ ਨਹੀਂ ਆਈ ਫਿਰ ਜੀ ਹਾਂਜੀ ਬਾਈ ਜੀ ਜੇ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਹਾਂਜੀ ਤੁਹਾਡੇ ਕੋਲ ਕੀ ਹੁੰਦਾ ਹੈ ਉਹਨਾਂ ਨੂੰ ਜ਼ਰੂਰ ਦੱਸ ਦਿਓ ਜੇਕਰ ਕਿਸੇ ਨੇ ਕੁਝ ਖਾਣਾ ਹੋਵੇ ਤੁਹਾਡੇ ਕੋਲ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੁਹਾਨੂੰ ਮਿਲਣਾ ਹੀ ਹੋਵੇ ਹੈ ਨਾ ਉਹਨਾਂ ਨੂੰ ਜ਼ਰੂਰ ਦੱਸ ਦਿਓ ਕੀ ਤੁਸੀਂ ਇੱਥੇ ਰੱਖਦੇ ਹੋ ਔਰ ਕਿੰਨੇ ਵਜੇ ਦੀ ਟਾਈਮਿੰਗ ਹੈਗੀ ਹੈ ਤੁਹਾਡੀ ਵੀਰੇ ਆਪਾਂ ਸ਼ਾਮ ਨੂੰ ਆਉਣੇ 5-6 ਵਜੇ ਤੋਂ ਲੈ ਕੇ ਰਾਤ 12-1-2 ਵਜੇ ਤੱਕ ਜੀ ਵੀਰੇ ਜੀ ਆਪਣੇ ਕੋਲ ਦਹੀਂ ਭੱਲੇ ਹੁੰਦੇ ਜੀ 6 ਫਲੇਵਰਾਂ ਲੱਸੀ ਹੁੰਦੀ ਹੈ ਠੀਕ ਹੈ ਮੋਮੋਜ਼ ਹੁੰਦੇ ਹੈ ਕੁਲਚੇ ਛੋਲੇ ਹੁੰਦੇ ਜੀ ਅਤੇ ਦਹੀਂ ਵਾਲੇ ਗੋਲਗੱਪੇ ਪਾਣੀ ਵਾਲੇ ਗੋਲਗੱਪੇ ਹਾਂਜੀ ਅੱਛਾ ਬਿਲਕੁਲ ਤਾਂ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਹਾਂ ਕਿ ਇਹ ਜਿਹੜੇ ਬਾਈ ਜੀ ਹੋਰੀ ਨੇ ਸਰਦਾਰ ਸਾਹਿਬ ਇਹ ਪੰਜਾਬ ਦੇ ਰਹਿਣ ਵਾਲੇ ਨੇ ਅਤੇ ਨਾਲ ਦੇ ਉਹ ਹਰਿਆਣਵੀ ਭਰਾ ਹੈਗੇ ਨੇ ਤਾਂ ਇਹਨਾਂ ਨੇ ਬਹੁਤ ਸਾਰੇ ਬਿਜ਼ਨਸ ਕੀਤੇ ਬਹੁਤ ਸਾਰੇ ਕੰਮ ਕੀਤੇ
ਜਿਸਦਾ ਨਾਮ ਬਾਈ ਜੀ ਹੋਰਾਂ ਨੇ ਫਲੋਪ ਬਿਜ਼ਨਸਮੈਨ ਯਾਨੀ ਕਿ ਫੇਲ ਕਾਰੋਬਾਰੀ ਰੱਖ ਦਿੱਤਾ। ਤਾਂ ਭਾਈਚਾਰਕ ਸਾਂਝ ਜੀ ਇੱਕ ਅਨੋਖੀ ਤਸਵੀਰ ਹੈ, ਬਹੁਤ ਘੱਟ ਤਸਵੀਰਾਂ ਅਜਿਹੀਆਂ ਦੇਖਣ ਨੂੰ ਮਿਲਦੀਆਂ ਜਦੋਂ ਪੰਜਾਬੀ ਔਰ ਹਰਿਆਣਵੀ ਇੱਕ ਰਲ ਕੇ ਕੰਮ ਕਰਦੇ ਨੇ। ਤਾਂ ਇਹ ਭਾਈਚਾਰਕ ਸਾਂਝ ਦੀ ਬਹੁਤ ਵੱਡੀ ਤਸਵੀਰ ਆ। ਤਾਂ ਹਰ ਕਿਸੇ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ, ਹਰ ਕਿਸੇ ਭਾਈਚਾਰੇ ਦੇ ਨਾਲ ਭਾਈਚਾਰਕ ਸਾਂਝ ਪਾ ਕੇ ਰੱਖਣੀ ਚਾਹੀਦੀ ਹੈ, ਤਾਂ ਜੋ ਜਿਵੇਂ ਦੋ ਭਾਈਚਾਰਿਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੈ, ਭਾਵੇਂ ਪ੍ਰਵਾਸੀ ਵਰਸਿਸ ਪੰਜਾਬੀ ਹੋਏ ਜਾਂ ਹਰਿਆਣਵੀ ਵਰਸਿਸ ਪੰਜਾਬੀ ਹੋਏ, ਤਾਂ ਉਸ ਨੂੰ ਲੈ ਕੇ ਉਸ ਚੀਜ਼ ਨੂੰ ਵੀ ਰੋਕਣਾ ਚਾਹੀਦਾ। ਤਾਂ ਬਾਈ ਜੀ ਹੋਰੀ ਮੋਮਸ ਰੱਖਣੇ ਇਹ ਬਾਈ ਜੀ ਇਹ ਵੈਸੇ ਤਾਂ ਜਿਹੜਾ ਹੁੰਦਾ ਆ ਇਹ ਐਲੂਮੀਨੀਅਮ ਦਾ ਹੁੰਦਾ ਹੈ, ਤੁਸੀਂ ਇਹ ਕਿਹੜੀ ਚੀਜ਼ ਹੈ ਜੀ? ਅੱਛਾ, ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਜਿਹੜੇ ਵੀ ਚੀਜ਼ਾਂ ਸਾਨੂੰ ਆਪ ਨੂੰ ਪਸੰਦ ਹੈ ਉਹਨੇ ਕੋਲ ਅਸੀਂ ਲੈ ਕੇ ਆਉਣੇ ਅਤੇ ਉਹੀ ਪਹਿਲਾਂ ਅਸੀਂ ਘਰੇ ਖਾਂਦੇ। ਵੈਸੇ ਵੀ ਅਸੀਂ ਅੱਜ ਤੁਸੀਂ ਥੋੜ੍ਹੇ ਲੇਟ ਹੋ ਗਏ, ਪਹਿਲਾਂ ਅਸੀਂ ਆਪ ਬਹਿ ਕੇ ਰੱਖਦੇ ਹਾਂ ਪਹਿਲਾਂ ਅਸੀਂ। ਅੱਛਾ ਜੀ, ਹਾਂਜੀ, ਉਸ ਤੋਂ ਬਾਅਦ ਅਸੀਂ ਬੋਣੀ ਵੱਟੇ ਵਾਲਾ ਸਾਹਿਬ ਰੱਖਦੇ ਹਾਂ। ਇਹ ਫੈਮਿਲੀ ਨੇ ਨਹੀਂ ਕਿਹਾ ਸੀ ਵੀ ਸਰਦਾਰ ਸਾਹਿਬ ਜਾਂ ਭਾਈ ਸਾਹਿਬ ਸਵਰਨਜੀਤ ਜੀ ਕਿਹੜੇ ਕੰਮੀ ਪਾਏ ਹੋ, ਕੋਈ ਹੋਰ ਕੰਮ ਕਰ ਲਓ, ਬਹੁਤ ਸਾਰੇ ਕੰਮ ਹੈਗੇ ਮਾਰਕੀਟ ਦੇ ਵਿੱਚ, ਕਿਤੇ ਨੌਕਰੀ ਕਰ ਲਓ, ਕਿਸੇ ਨੇ ਸਲਾਹ ਨਹੀਂ ਦਿੱਤੀ ਸੀ? ਇਹ ਸਲਾਹ ਮੈਨੂੰ ਬਹੁਤ ਦਿੱਤੀ ਜੀ, ਘਰਦਿਆਂ ਨੇ ਕਿਹਾ ਵੀ ਕੋਈ ਜੋਬ ਕਰ ਲਾ ਕੋਈ ਜਾਂ ਕੋਈ ਹੋਰ ਸੁੱਕਾ ਬਿਜ਼ਨਸ ਕਰ ਲਾ, ਵਿੱਚ ਕਹਿ ਲਓ ਵੀ 24 ਘੰਟੇ 18 ਘੰਟੇ ਕਹਿ ਲਓ ਵੀ ਕੰਮ ਲਿਬੜਿਆ ਰਹਿਣਾ, ਕਹਿੰਦੇ ਤਿਆਰ ਤੁਰ ਹੋ ਕੇ ਵਧੀਆ ਰਿਹਾ ਕਰੇਗਾ, ਪਰ ਮੈਨੂੰ ਇਹ 'ਚ ਇੰਟਰਸਟ ਹੀ ਹੈ ਚਾਹੇ ਫੋਨ ਚਾਹੀਦਾ ਕਿਉਂਕਿ ਟਰਾਈ ਸਿਟੀ 'ਚ ਪਤਾ ਕੀ ਮੇਰੇ ਸੀ ਜਿਹੜੇ ਜਿਹੜੇ ਸ਼ਹਿਰ 'ਚ ਆਪਾਂ ਰਹਿ ਰਹੀ ਸੀ, ਠੀਕ ਹੈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਠੀਕ ਹੈ ਬ੍ਰਾਂਡ ਵੱਡੇ ਵੀ ਹੈਗੇ ਛੋਟੇ ਹਰ ਚੀਜ਼ ਹੈਗੇ, ਪਰ ਕੁਆਲਿਟੀ ਨਾਲ ਕੰਪਰੋ ਬਹੁਤ ਕਰਦੇ ਆ। ਅੱਛਾ ਜੀ, ਆਪਾਂ ਇੱਕੋ ਹੀ ਸੋਚੀ ਵੀ ਚੱਲ ਕੋਈ ਨਹੀਂ ਅੱਜ ਨਹੀਂ ਕੱਲ ਗੁਰੂ ਸਾਹਿਬ ਦੀ ਕਿਰਪਾ ਸਕਸੈਸ ਮਿਲੂਗੀ, ਪਰ ਆਪਾਂ ਉਸ 'ਚ ਵੀ ਕੁਆਲਿਟੀ ਕਰਕੇ ਮਿਲੇ ਆਪਾਂ। ਅੱਛਾ ਜੀ, ਹਾਂਜੀ, ਇਹ ਕੰਮ ਵੰਡਿਆ ਹੋਇਆ ਫਿਰ ਆਪਸ ਵਿੱਚ ਜਾਂ ਜਿਹੜਾ ਹੱਥ ਹੁੰਦਾ ਉਹੀ ਕੰਮ ਕਰ ਲੈਂਦੇ? ਨਹੀਂ, ਰਲ ਮਿਲ ਕੇ ਕਰ ਲਈ ਜਿਵੇਂ। ਅੱਛਾ, ਹਾਂਜੀ, ਵੈਸੇ ਤਾਂ ਹੁੰਦਾ ਹੈ ਜ਼ਿਆਦਾਤਰ ਕਹਿੰਦੇ ਵੀ ਜਾਂ ਜਿਵੇਂ ਉਹ ਭਾਜੀ ਹੁਣੇ ਗੋਲ ਗੱਪੇ ਖਿਲਾ ਰਹੇ ਨੇ, ਤੁਸੀਂ ਇੱਧਰ ਆਹ ਮੋਮੋਸ ਵਗੈਰਾ ਹੈ ਨਾ ਬਣਾ ਰਹੇ ਹੋ, ਇਹ ਆਪਸੀ ਕਈ ਵਾਰ ਇੱਧਰ ਵੀ ਸ਼ਿਫਟ ਹੋ ਜਾਂਦੇ ਹੋ ਜਾਂ ਰੋਟੇਟ ਕਰ ਲੈਂਦੇ ਹੋ ਆਪਣੇ ਆਪ ਨੂੰ? ਹੋ ਜਾਂਦੇ, ਹਾਂਜੀ ਹੋ ਜਾਂਦੇ। ਅੱਛਾ ਅੱਛਾ, ਇਹ ਟਾਈਮਿੰਗ ਕਿੰਨੇ ਕੁ ਵਜੇ ਦੀ ਹੁੰਦੀ ਹੈ, ਮੈਕਸੀਮਮ ਕਿੰਨੇ ਕੁ ਵਜੇ ਤੱਕ ਰਹਿੰਦੇ ਹੋ ਤੁਸੀਂ? ਹਾਂਜੀ, ਕਿੰਨੇ ਕੁ ਵਜੇ ਤੱਕ ਹੁੰਦੇ ਹੋ ਰਾਤ ਨੂੰ? ਰਾਤ ਨੂੰ ਵੀਰੇ ਸਾਨੂੰ 2 ਵਜੇ ਆਉਂਦੇ। ਅੱਛਾ ਅੱਛਾ, ਹਾਂ ਤੇ ਵੈਸੇ ਅਸੀਂ 11:30 ਕਰਨ ਲੱਗਦੇ ਆ ਤੇ ਫਿਰ ਸਾਨੂੰ ਹੌਲੀ ਨਿਕਲਣ 2 ਵਜੇ ਆਉਂਦੇ। ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਹਾਡੀ ਨੂੰ, ਮੰਨ ਲਓ ਡਾਵਾਡੋਲ ਹੋਏ ਪਏ ਨੇ ਵੀ ਉਹਨਾਂ ਨੂੰ ਕੋਈ ਕੰਮ ਨਹੀਂ ਲੱਭ ਰਿਹਾ, ਛੋਟੀ ਨੌਕਰੀ ਕਰ ਰਹੇ ਨੇ, ਨੌਕਰ ਬਣ ਰਹੇ ਨੇ, ਉਹਨਾਂ ਨੂੰ ਆਪਣਾ ਮਾਲਕ ਬਣਨ ਵਾਸਤੇ ਤੁਹਾਡਾ ਕੀ ਕਹਿਣਾ ਹੈ ਵੀ ਤੁਸੀਂ ਕੀ ਸੁਝਾਅ ਦਓਗੇ ਜੀ ਉਹਨਾਂ ਨੂੰ? ਨਹੀਂ, ਆਪਾਂ ਤਾਂ ਵੀਰ ਹਰ ਕਿਸੇ ਨੂੰ ਇਹੀ ਸਲਾਹ ਦੇਵਾਂਗੇ ਜਿੰਨੀ ਕੁ ਆਪਾਂ ਨੂੰ ਬਾਬਾ ਜੀ ਨੇ ਕਹਿ ਲਓ ਵੀ ਅਕਲ ਦਿੱਤੀ ਹੈ ਨਾ, ਵੀ ਛੋਟਾ ਵੱਡਾ ਜਿਹੜਾ ਮਰਜ਼ੀ ਲੱਗਦਾ ਕੰਮ, ਛੋਟਾ ਵੱਡਾ ਕੋਈ ਨਹੀਂ, ਜਿਹੜਾ ਮਰਜ਼ੀ ਕੰਮ ਕਰ ਲਓ ਪਰ ਸਾਫ਼ ਸਫਾਈ ਦਾ ਅਤੇ ਪਿਓਰਟੀ ਦਾ ਕਰੋ ਬਸ। ਅੱਛਾ, ਹਾਂਜੀ, ਤੁਹਾਡੇ ਕੋਲ ਮਤਲਬ ਸ਼ੁੱਧਤਾ ਹੈਗੀ ਹੈ ਨਾ ਜੀ ਇੱਥੇ? ਬਿਲਕੁਲ, ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ, ਕਦੇ ਜਾਣੇ ਜਾਣੇ ਗਲਤੀ ਹੋ ਜਾਏ ਗੱਲ ਵੱਖਰੀ ਹੈ, ਪਰ ਕੁਆਲਿਟੀ ਨਾਲ ਤਾਂ ਫਿਰ ਵੀ ਨਹੀਂ ਕਦੇ ਹੁੰਦਾ ਜੀ। ਕੀ ਕੁਛ ਹੁੰਦਾ ਬਾਈ ਜੀ ਤੁਹਾਡੇ ਕੋਲ ਜੇ ਖਾਣ ਦੇ ਵਿੱਚ ਆਪਾਂ ਗੱਲ ਕਰ ਲਈਏ? ਮੋਮਸ ਤਾਂ ਆਪਾਂ ਦੇਖ ਲਏ ਤੁਹਾਡੇ ਕੋਲ, ਉੱਧਰ ਭਾਜੀ ਹੁਣੀ ਗੋਲ ਗੱਪੇ ਖਿਲਾ ਰਹੇ ਨੇ, ਇਸ ਤੋਂ ਇਲਾਵਾ ਜੋ ਇੱਥੇ ਸਾਹਮਣੇ ਨਹੀਂ ਆਪਾਂ ਨੂੰ ਪ੍ਰੈਜੈਂਟ ਕੀਤਾ ਹੋਇਆ ਤੁਸੀਂ, ਉਹ ਚੀਜ਼ ਕੀ ਹੈਗੀ ਜੀ ਤੁਹਾਡੇ ਕੋਲ? ਕੁੱਕੀ ਸਰ, ਆਪਣੇ ਕੋਲ ਸਰ ਦਹੀਂ ਪੱਲੇ ਹੁੰਦੇ ਜੀ, ਕੁਲਚੇ ਛੋਲੇ ਹੁੰਦੇ, ਚਾਟ ਪਾਪੜੀ ਹੁੰਦੀ ਹੈ, ਦਹੀਂ ਵਾਲੇ ਗੋਲ ਗੱਪੇ, ਪਾਣੀ ਵਾਲੇ ਹੋ ਗਏ, ਠੀਕ ਹੈ ਜੀ, ਲੱਸੀ ਆਪਣੇ ਕੋਲ 6 ਫਲੇਵਰਾਂ ਹੁੰਦੀ, ਮੈਂਗੋ ਗੁਲਕੰਦ ਹੁੰਦੀ ਹੈ, ਹਾਂਜੀ, ਮੋਮੋਸ ਹੁੰਦੇ, ਪਨੀਰ ਔਰ ਵੈਜੀਟੇਬਲ ਮਿਕਸ ਹੁੰਦੇ। ਠੀਕ ਹੈ, ਬਸ ਜਦ ਤੱਕ ਲਈ ਕਰ ਲਓ ਤੁਸੀਂ ਕੰਮ, ਆਪਾਂ ਇੱਦੀ ਗੱਲ ਕੰਟੀਨਿਊ ਕਰਦੇ ਹਾਂ। ਤਾਂ ਦਰਸ਼ਕੋ, ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਜੇ ਬਾਈ ਜੀ ਹੋਰਾਂ ਨੂੰ ਕਿਸੇ ਨੇ ਮਿਲਣਾ ਆ ਜਾਂ ਬਾਈ ਜੀ ਹੋਰਾਂ ਦਾ ਹੌਸਲਾ ਵਧਾਉਣ ਵਾਸਤੇ ਪਹੁੰਚਣਾ ਆ, ਤਾਂ ਇੱਥੇ ਜਿਹੜਾ ਮੋਹਾਲੀ ਦਾ ਗੁਰੂ ਘਰ ਹੈ ਗੁਰਦੁਆਰਾ ਸ਼੍ਰੀ ਅੰਬ ਸਾਹਿਬ, ਉਸ ਦੇ ਬਿਲਕੁਲ ਬਾਹਰ ਜਿਹੜੇ ਭਾਜੀ ਹੁਣੇ ਇਹ ਆਪਣਾ ਕੰਮ ਕਰਦੇ ਨੇ, ਗੋਲ ਗੱਪੇ ਔਰ ਚਾਟ ਵਗੈਰਾ ਵੇਚਦੇ ਨੇ। ਤਾਂ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਤਾਂ ਉਹਨਾਂ ਨੂੰ ਬਾਈ ਜੀ ਹੋਰਾਂ ਦੀ ਘੱਟੋ ਘੱਟ ਹੌਸਲਾ ਅਫਜ਼ਾਈ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਜੋ ਜਿਹੜੇ ਲੋਕ ਹੌਸਲਾ ਹਾਰੀ ਬੈਠੇ ਨੇ ਜਾਂ ਡਾਵਾਡੋਲ ਹੋਏ ਪਏ ਨੇ ਬਿਜ਼ਨਸ ਨੂੰ ਲੈ ਕੇ, ਉਹਨਾਂ ਨੂੰ ਕੁਝ ਸਿੱਖਣ ਨੂੰ ਜ਼ਰੂਰ ਮਿਲੇ। ਦੂਸਰੇ ਪਾਸੇ ਜਿਹੜੇ ਹਰਿਆਣਵੀ ਭਾਜੀ ਹੈਗੇ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ, ਕਿਉਂਕਿ ਜਿਹੜਾ ਪੰਜਾਬ ਔਰ ਹਰਿਆਣੇ ਦਾ ਜਿਹੜਾ ਇੱਕ ਭਾਈਚਾਰਕ ਸਾਂਝ ਦਾ ਬਾਈ ਜੀ ਹੋਰਾਂ ਨੇ ਸੁਨੇਹਾ ਵੀ ਦਿੱਤਾ ਹੈ, ਤਾਂ ਇੱਧਰ ਬਾਈ ਜੀ ਹੋਰੀ ਆਲੂ ਛਿੱਲ ਰਹੇ ਨੇ, ਕੀ ਹੋਣਾ ਕੀ ਨਹੀਂ, ਤਾਂ ਬਾਈ ਜੀ ਹੋਰਾਂ ਨਾਲ ਵੀ ਗੱਲ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ ਕੀ ਨਾਮ ਤੁਹਾਡਾ ਜੀ? ਮੇਰਾ ਦੀਪਾਂਸ਼ੂ ਨਾਮ ਹੈ ਜੀ। ਅੱਛਾ ਜੀ, ਦੀਪਾਂਸ਼ੂ ਜੀ, ਇਹ ਗੱਲਬਾਤ ਕਿਵੇਂ ਹੋਈ, ਤੁਹਾਡਾ ਕੰਟੈਕਟ ਕਿਵੇਂ ਹੋਇਆ ਸਵਰਨਜੀਤ ਬਾਈ ਜੀ ਨਾਲ? ਜੀ ਸਾਡਾ ਬਾਜੀ ਨਾਲ ਕੰਟੈਕਟ 11 ਫੇਸ 'ਚ ਹੋਇਆ ਸੀਗਾ। ਅੱਛਾ, ਮੈਂ 11 ਫੇਸ ਮੈਂ ਗੋਲਗੱਪੇ ਦਾ ਸਟਾਲ ਲਾਉਂਦਾ ਸੀਗਾ ਜੀ। ਅੱਛਾ ਜੀ, ਉੱਥੇ ਬਾਜੀ ਲਾਉਂਦੇ ਸੀਗੇ, ਲੱਸੀ ਦਾ ਕੰਮ ਕਰਦੇ ਸੀਗੇ ਜੀ, ਉਹ ਜੀ ਮੈਂ ਗੋਲਗੱਪੇ ਲਾ ਰਿਹਾ ਸੀ, ਜਿਹਦੇ ਮੈਂ ਪਰੇਸ਼ਾਨ ਸੀਗਾ, ਬਾਜੀ ਮੈਨੂੰ ਮਿਲੇ ਜੀ, ਉਹ ਮੈਨੇ ਪੁੱਛਿਆ ਬਾਜੀ ਨੂੰ ਬਾਜੀ ਕੀ ਕੰਮ ਕਰਦੇ ਆ, ਬਾਜੀ ਕਹਿੰਦੇ ਮੈਂ ਤਾਂ ਲੱਸੀ ਦਾ ਕੰਮ ਕਰਦਾ ਵੀਰੇ, ਮੈਨੂੰ ਬੰਦੇ ਦੀ ਲੋੜ ਹੈਗੀ। ਅੱਛਾ, ਉਹ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਹੈਗਾ, ਮੇਰੇ ਨਾਲ ਕੰਮ ਕਰੋ, ਤਾਂ ਬਾਜੀ ਕਹਿੰਦੇ ਠੀਕ ਆ, ਆਪਾਂ ਨੇ ਮਿਲ ਕੇ ਫਿਰ ਜਦੋਂ ਕੰਮ ਕੀਤਾ ਜੀ। ਅੱਛਾ,
ਜੀਰਕਪੁਰ ਵੀ ਆਪਾਂ ਲੜ ਮਿਲ ਕੇ ਲਾਇਆ ਦਿਨ ਤੇ ਰਾਤ ਲਾ ਕੇ ਕੰਮ ਨੂੰ ਅੱਗੇ ਵਧਾਇਆ। ਅੱਛਾ, ਇਹ ਫਿਰ ਖਿਆਲ ਨਹੀਂ ਆਉਂਦੇ ਮਨ ਦੇ ਵਿੱਚ ਵੀ ਇਹ ਛੋਟਾ ਕੰਮ ਹੈ, ਜਿਵੇਂ ਬਹੁਤ ਲੋਕਾਂ ਦੀ ਮੈਂਟੈਲਿਟੀ ਇਹ ਹੈ ਵੀ ਇਹ ਕੰਮ ਛੋਟਾ ਖਵਾਉਂਦਾ ਹੈ, ਫਿਰ ਤੁਹਾਡੇ ਜ਼ਿਹਨ 'ਚ ਖਿਆਲ ਨਹੀਂ ਆਇਆ ਬਾਈ ਜੀ? ਛੋਟਾ ਜੀ ਬੜਾ ਕੰਮ, ਕੋਈ ਕੰਮ ਤੋਂ ਕਮ ਹੀ ਹੁੰਦਾ ਜੀ, ਨਿਕਲ ਜਾਂਦਾ ਹੀ ਹੈਗਾ ਜੀ ਸਾਡੀ, ਕੋਈ ਕੰਮ 'ਚ ਫਰਕ ਨਹੀਂ ਹੁੰਦਾ ਜੀ, ਕੋਈ ਛੋਟਾ ਬੜਾ ਨਹੀਂ ਹੁੰਦਾ ਜੀ। ਕੋਈ ਵੀ ਕੰਮ ਕਰੋ, ਕੰਮ ਤਾਂ ਕੰਮ ਹੀ ਆ, ਬਾਹਰ ਜਾ ਕੇ ਵੀ ਤਾਂ ਲੋਕ ਕੰਮ ਹੀ ਕਰਦੇ ਆ ਜੀ, ਉਹ ਵੀ ਤਾਂ ਕੰਮ ਹੁੰਦਾ ਜੀ, ਜਿੱਥੇ ਜਾ ਕੇ ਲੋਕ ਕੈਨੇਡਾ ਜਾ ਰਹੇ ਹੈਗੇ, ਬਾਹਰ ਜਾ ਰਹੇ ਹੈਗੇ, ਤਾਂ ਉਹਨਾਂ ਨੂੰ ਆਪਾਂ ਇਹ ਕਹਿ ਕੇ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਜੀ ਬਾਹਰ ਮਤ ਜਾਓ, ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰੋ। ਅੱਛਾ ਅੱਛਾ ਜੀ, ਹਾਂਜੀ, ਮੇਰਾ ਤਾਂ ਇਹੀ ਕਹਿਣਾ ਜੀ ਕਿ ਜੋ ਪੰਜਾਬ ਦੇ ਵਿੱਚ ਕਰ ਸਕਦੇ ਬਾਹਰ ਜਾ ਕੇ ਕਿਉਂ ਕਰਨੇ ਜੀ? 45 ਲੱਖ ਰੁਪਏ ਫੁੱਕ ਕੇ ਕਿਉਂ ਲੋਕੀ ਜਾ ਰਹੇ ਹੈ, 14 ਲੱਖ ਰੁਪਏ 20 ਲੱਖ ਰੁਪਏ ਫੁੱਕੇ ਤੇ ਬਾਹਰ ਕੀ ਮਿਲ ਰਿਹਾ ਜੀ? ਕੁਛ ਨਹੀਂ ਮਿਲ ਰਿਹਾ। ਇਹ ਬਾਈ ਜੀ ਬਾਹਰ ਤਾਂ ਵੈਸੇ ਪਹਿਲਾਂ ਸੁਣਨ 'ਚ ਇਹ ਆਉਂਦਾ ਸੀ ਜ਼ਿਆਦਾਤਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ, ਹਰਿਆਣੇ ਦੀ ਕੀ ਸਥਿਤੀ ਹੈ, ਉੱਧਰ ਦਾ ਮਾਹੌਲ ਕੀ ਕਹਿੰਦਾ? ਹਰਿਆਣਾ ਕੀ ਲੋਕੀ ਜੀ ਬਸ ਬਾਹਰ ਜਾਣ ਦਾ ਉਹਨਾਂ ਨੂੰ ਮੋਲ ਪਿਆ ਕਿ ਬਾਹਰ ਜਾਓ ਬਾਹਰ ਜਾਓ, ਲੇਕਿਨ ਬਾਹਰ 'ਚ ਕੁਛ ਨਹੀਂ ਰੱਖਿਆ। ਆਪਾਂ ਤਾਂ ਇਹ ਵੀ ਕਹਾਂਗੇ ਹਰਿਆਣਾ 'ਚ ਵੀ ਬਹੁਤ ਕੁਛ ਹੈਗਾ ਕਰ ਸਕਦੇ ਆ, ਉਹ ਪੰਜਾਬ ਦੇ ਵਿੱਚ ਵੀ ਆ ਕੇ ਕਰ ਸਕਦੇ ਆ, ਪੰਜਾਬ ਹਰਿਆਣਾ ਦੋਨੋਂ ਇੱਕ ਹੀ ਹੈਗਾ ਜੀ, ਦੋਨੋਂ ਪਾਈ ਪਾਈ ਹੈਗੇ, ਪਾਈਆਂ ਦੀ ਤਰ੍ਹਾਂ ਰਹੋ। ਮੈਂ ਤਾਂ ਇਹੀ ਕਹਾਂਗਾ ਜੀ ਗੱਲ ਮਿਲ ਕੇ ਕੰਮ ਕਰਨਾ ਚਾਹੀਦਾ ਜੀ। ਜਿਹੜੇ ਬਾਈ ਜੀ ਲਾਸਟ ਦੇ ਵਿੱਚ ਮੈਂ ਇਹੀ ਸਵਾਲ ਤੁਹਾਨੂੰ ਪੁੱਛਾਂਗੀ, ਜਿਹੜੇ ਲੋਕ ਡਾਵਾਡੋਲ ਹੋਏ ਪਏ ਨੇ, ਮੰਨ ਲਓ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ, ਉਹਨਾਂ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈਗਾ? ਜੇ ਮੰਨ ਲਓ ਕਿਸੇ ਨੇ ਬਿਜ਼ਨਸ ਆਪਣਾ ਸ਼ੁਰੂ ਕਰਨਾ ਹੋਵੇ, ਉਹਨਾਂ ਲੋਕਾਂ ਨੂੰ ਸਲਾਹ ਕੀ ਦਿਓਗੇ ਤੁਸੀਂ? ਮੈਂ ਉਹਨਾਂ ਨੂੰ ਇਹੀ ਸਲਾਹ ਦੇਵਾਂਗਾ ਜੀ, ਕੋਈ ਵੀ ਛੋਟਾ ਬੜਾ ਕੋਈ ਵੀ ਕੰਮ ਕਰੇ, ਉਹਨਾਂ ਸ਼ਰਮ ਨਹੀਂ ਖਾਣੀ ਚਾਹੀਦੀ, ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਜੀ, ਮੇਰੀ ਸਲਾਹ ਇਹੀ ਹੋਊਗੀ। ਬਾਈ ਜੀ ਲਾਸਟ ਦੇ ਵਿੱਚ ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਕਿ ਮੰਨ ਲਓ ਕਿਸੇ ਨੇ ਆਪਣਾ ਬਿਜ਼ਨਸ ਖੋਲ੍ਹਣਾ ਹੋਵੇ ਜਾਂ ਸ਼ੁਰੂ ਕਰਨਾ ਹੋਵੇ, ਉਹਨਾਂ ਨੇ ਤੁਹਾਡੇ ਤੋਂ ਸਲਾਹ ਲੈਣੀ ਹੋਵੇ, ਜੋ ਤੁਹਾਡਾ ਹੌਸਲਾ ਅਫਜ਼ਾਈ ਕਰਨਾ ਹੋਵੇ, ਉਹਨਾਂ ਨੂੰ ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਬਾਈ ਜੀ। ਹਾਂਜੀ ਵੀਰ ਜੀ, ਮੇਰਾ ਨਾਮ ਸਵਰਨਜੀਤ ਸਿੰਘ ਹੈ, ਮੇਰਾ ਕੰਟੈਕਟ ਨੰਬਰ ਹੈ 9815541764। ਇਹ ਲੋਕੇਸ਼ਨ ਵੀ ਦੱਸ ਦਿਓ ਤੁਸੀਂ ਆਪਣੀ ਜ਼ੁਬਾਨੀ ਵਿੱਚ। ਵੀਰ ਜੀ ਆਪਣੇ ਮੋਹਾਲੀ 8 ਫੇਸ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਗੇਟ ਦੇ ਬਾਹਰ। ਟਾਈਮਿੰਗ ਵੀ ਦੱਸ ਦਿਓ, ਕਿੰਨੇ ਵਜੇ ਤੱਕ ਤੁਸੀਂ ਇੱਥੇ ਹੁੰਦੇ ਹੋ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਹਾਨੂੰ ਕੋਈ ਮਿਲ ਸਕਦਾ? ਟਾਈਮਿੰਗ ਵੀਰੇ ਸ਼ਾਮ ਨੂੰ 5-6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਤਾਂ ਵੈਸੇ ਹੈਗੇ ਆ, ਵੈਸੇ ਕਈ ਵਾਰ 1-2 ਵਜੇ ਨੇ। ਅੱਛਾ ਅੱਛਾ, ਬਹੁਤ ਬਹੁਤ ਧੰਨਵਾਦ ਬਾਈ ਜੀ। ਸੋ ਜਿੰਨੇ ਵੀ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਦੋਸਤੋ, ਹਰ ਕਿਸੇ ਉਸ ਨੌਜਵਾਨ ਤੇ ਨੌਜਵਾਨ ਤੱਕ ਜ਼ਰੂਰ ਪਹੁੰਚਾ ਦਿਓ ਇਸ ਵੀਡੀਓ ਨੂੰ, ਜਿਹੜੇ ਲੋਕ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ, ਤਾਂ ਜਿਹੜੇ ਬਾਈ ਜੀ ਨੇ ਇਹ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ, ਬਹੁਤ ਸਾਰੇ ਬਿਜ਼ਨਸ ਕੀਤੇ, ਤਾਂ ਇਹਨਾਂ ਨੂੰ ਕਿਸੇ ਬਿਜ਼ਨਸ 'ਚੋਂ ਕਾਮਯਾਬੀ ਨਾ ਮਿਲਣ ਕਾਰਨ ਅੱਜ ਇਹਨਾਂ ਨੇ ਬਿਜ਼ਨਸ ਖੋਲ੍ਹਿਆ ਹੈ, ਜਿਸ ਦਾ ਨਾਮ ਫਲੋਪ ਬਿਜ਼ਨਸਮੈਨ ਰੱਖਿਆ ਹੈ ਤਾਂ ਫੇਲ ਕਾਰੋਬਾਰ ਰੱਖਿਆ ਹੈ, ਤਾਂ ਆਸ ਕਰਦੇ ਹਾਂ ਇਹ ਫੇਲ ਕਾਰੋਬਾਰ ਹੀ ਕੁਝ ਹੀ ਸਮੇਂ ਦੇ ਵਿੱਚ ਪਾਸ ਹੋ ਜਾਏਗਾ, ਕਿਉਂਕਿ ਕੁਆਲਿਟੀ ਨੂੰ ਲੈ ਕੇ ਬਾਈ ਜੀ ਹੋਰੀ ਕਹਿ ਰਹੇ ਨੇ ਕਿ ਕਿਸੇ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾ ਰਿਹਾ, ਤਾਂ ਦੂਸਰੇ ਪਾਸੇ ਉਹ ਪੰਜਾਬ ਔਰ ਹਰਿਆਣਾ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਸ ਦਾ ਵੀ ਬਾਈ ਜੀ ਹੋਰਾਂ ਨੇ ਵੱਡਾ ਸੁਨੇਹਾ ਦਿੱਤਾ ਹੈ, ਤਾਂ ਜਿਹੜੇ ਨੌਜਵਾਨ ਇਸ ਕੰਮ ਨੂੰ ਛੋਟਾ ਮੰਨਦੇ ਨੇ ਜਾਂ ਬੇਰੁਜ਼ਗਾਰ ਨੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ, ਉਹਨਾਂ ਨੌਜਵਾਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ, ਤਾਂ ਜੋ ਬਾਈ ਜੀ ਹੋਰਾਂ ਦੀ ਵੀ ਹੌਸਲਾ ਅਫਜ਼ਾਈ ਹੋਵੇ, ਤਾਂ ਜੋ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਉਹ ਵੀ ਇੱਥੇ ਆਪਣਾ ਵਧੀਆ ਬਿਜ਼ਨਸ ਖੋਲ੍ਹ ਸਕਣ।